अक्सर देखा होगा आप लोगों ने, मिसाल सुन के दोस्तों, सड़कों पे रिक्शे वाले को लोग सीटी मार के और आवाजें मार के बुलाते हैं, ओए रिक्शे वाले इधर आ, बात सुनना। कभी देखा है आप लोगों ने किसी हवाई जहाज वाले को कोई ऐसी आवाज दे के बुला रहा है? तुसी मिसाल सुनी, तानू की सीखण नू मिलया? ਹਰ ਮਿਸਾਲ ਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਮੈਨੂੰ ਤੇ ਚੋਂ ਇਹੀ ਸਿੱਖਣ ਨੂੰ ਮਿਲਿਆ ਵੀ ਟਾਈਮ ਕਿਵੇਂ ਜ਼ਾਇਆ ਕਰੀਦਾ। ਉਹ ਕੌਣ ਹੈ ਨੀ ਤੂੰ ਬਾਜੀ, ਕੌਣ ਹੈ ਕੀ ਚਾਹੀ ਹੈ ਨੀ, ਕੌਣ ਹੈ ਤੂੰ? ਇਹ ਕਿਹੜੀ ਮਿਸਾਲ ਹੋਈ ਕਿ ਰਕਸ਼ੇ ਵਾਲੇ ਕੋ ਆਵਾਜ਼ ਦੇ ਕੇ ਬੁਲਾਤੇ ਹੈ, ਉਹੀ ਰਕਸ਼ੇ ਵਾਲੇ ਔਰ ਜਹਾਜ਼ ਵਾਲੇ ਕੋ ਕਭੀ ਉਹੀ ਜਹਾਜ਼ ਵਾਲੇ ਕਹਿਤੇ ਸੁਣਾ ਹੈ ਨੀ? ਜਹਾਜ਼ ਵਾਲੇ ਨੂੰ ਕੌਣ ਹਜ਼ਾਰਾਂ ਫੁੱਟ ਤੇ ਆਵਾਜ਼ਾਂ ਦੇਵੇ? ਉਹ ਜਹਾਜ਼ ਵਾਲੇ ਕਿੰਨੀਆਂ ਸੀਟਾਂ ਤੇ ਉਹ ਗਲੋ ਕੇ ਤੇ ਨੀ ਜਾਣਾ ਪਏਗਾ? ਨੀ ਤੂੰ ਕੌਣ ਨੀ, ਤੈਨੂੰ ਕਿਹਨੇ ਮੋਬਾਈਲ ਲੈ ਕੇ ਦੇਤਾ ਨੀ, ਤੇਰਾ ਕਿਹਨੇ ਪੈਕੇਜ ਲਵਾਤਾ ਨੀ, ਤੈਨੂੰ ਕੌਣ ਕੱਢ ਕੱਢ ਮਸਾਲਾ ਦੇਈ ਆਉਂਦਾ? ਮੈਨੂੰ ਤੂੰ ਬੰਦਾ ਦਿਖਾ ਦੇ, ਨੀ ਤੂੰ ਮੈਨੂੰ ਬੰਦਾ ਦੱਸ ਦੇ, ਤੂੰ ਇੱਕ ਵਾਰੀ ਮੈਨੂੰ ਦੱਸ ਦੇ ਉਸ ਬੰਦੇ ਦਾ ਨਾਂ, ਤੈਨੂੰ ਇਹ ਕੌਣ ਮਸਾਲਾ ਕੱਢ ਕੱਢ ਦੇਈ ਆਉਂਦਾ? ਉਹ ਤੁਸੀਂ ਮਿਸਾਲ ਚੈੱਕ ਕਰੋ ਵੀ ਰਕਸ਼ੇ ਵਾਲੇ ਕੋ ਹਮੇਸ਼ਾ ਉਹੀ ਰਕਸ਼ੇ ਵਾਲੇ ਹੀ ਬੁਲਾਇਆ ਜਾਤਾ ਹੈ, ਜਹਾਜ਼ ਵਾਲੇ ਕੋ ਕਭੀ ਸੁਣਾ ਹੈ ਉਹੀ ਜਹਾਜ਼ ਵਾਲੇ ਨੂੰ ਜ਼ਾਰਾ ਫੁੱਟ ਉੱਤੇ ਹੁੰਦਾ, ਕੌਣ ਥੱਲੋਂ ਆਵਾਜ਼ਾਂ ਮਾਰੇ ਕੱਢ ਕੱਢ ਜਹਾਜ਼ ਵਾਲੇ ਨੂੰ? ਉਹ ਬਿਜ਼ਨਸ ਕਲਾਸ ਵੀ ਟਿਕਟ ਲਓ ਤੇ ਤੁਸੀਂ ਪਾਇਲਟ ਤੋਂ ਫਿਰ ਵੀ ਨਹੀਂ ਮਿਲ ਸਕਦੇ, ਪਾਇਲਟ ਆਪਣੇ ਖੁੱਡੇ ਜਿਹੇ ਚ ਬੈਠਾ ਹੁੰਦਾ, ਕੋਕਪਿਟ ਦੇ ਵਿੱਚ ਬੈਠਾ ਹੁੰਦਾ, ਤੈਨੂੰ ਕੌਣ ਸਮਝਾਏ? ਪਤਾ ਨਹੀਂ ਇਹਨੂੰ ਕਿਹਨੇ ਰਕਸ਼ੇ ਤੇ ਭੇਜਿਆ ਹੈ ਬਾਹਰ, ਇਹ ਕੀ ਚਾਹੁੰਦੀ ਹੈ, ਪਤਾ ਨਹੀਂ ਕਿਹੜੀ ਟੰਕੀ ਲਾ ਕੇ ਗਈ ਹੈ ਵੀ ਇਹਨੂੰ ਪਤਾ ਹੀ ਨਹੀਂ ਹੈ ਵੀ ਜਹਾਜ਼ ਕਿਵੇਂ, ਜਹਾਜ਼ 'ਚ ਜਾਈਦਾ, ਟਿਕਟ ਲਈਦੀ ਹੈ ਫਿਰ ਉਹ 'ਚ ਬੈਠੀਦਾ। ਓਏ ਜਹਾਜ਼ ਵਾਲੇ ਕਿਹਨੇ ਸੁਣਿਆ? ਮੈਂ ਤੇ ਅੱਜ ਤੇਰੇ ਕੋਲ ਹੀ ਇਹ ਮਿਸਾਲ ਸੁਣੀ ਹੈ, ਨਹੀਂ ਛੱਡਦੇ, ਨਹੀਂ ਬਖਸ਼ਦੇ, ਨਹੀਂ ਕਿਸੇ ਨੂੰ ਬਖਸ਼ਦੇ, ਜੀ ਲੈਣ ਦੇ ਨਹੀਂ, ਖੁਦਾ ਦਾ ਨਾਂ ਹੀ ਇਹਦਾ ਕੋਈ ਪੈਕੇਜ ਪੁਕੇਜ ਖਤਮ ਕਰਾਓ ਇਹਨੂੰ, ਪਤਾ ਨਹੀਂ ਕਿਹੜੀ ਦੁਨੀਆਂ 'ਚ ਰਹਿ ਰਹੀ, ਮੈਨੂੰ ਤਾਂ ਕੋਈ ਸਮਝ ਨਹੀਂ।